नंगल ਦੇ ਕਰੀਬ ਬਣਾਇਆ ਗਿਆ ਨੈਲਾ ਬ੍ਰਿਜ ਚਾਹੇ ਖੰਡੋਲਾ ਬ੍ਰਿਜ ਇਸ ਨੂੰ ਕਹਿੰਦੇ ਨੇ ਇਸ ਦੀ ਬਣਾਉਣ ਦੀ ਜ਼ਰੂਰਤ ਕਿਉਂ ਪਈ ਸੀ ਤੇ ਇਸ ਪੁਲ ਦਾ ਕੀ ਕੰਮ ਸੀ ਕਦੋਂ ਇਹ ਬਣਿਆ ਸੀ ਜ਼ਿਆਦਾਤਰ ਲੋਕਾਂ ਨੂੰ ਪਤਾ ਸੀ ਕਿ ਇਹ ਪੁਲ ਬਣਿਆ ਹੈ ਪਰ ਬਣਾਇਆ ਕਿਉਂ ਗਿਆ ਤੇ ਕਿਉਂ ਇਸ ਦੀ ਵਰਤੋਂ ਕੀਤੀ ਜਾਂਦੀ ਸੀ ਇਸ ਦੇ ਬਾਰੇ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਵੇਗਾ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਜਾਣ ਜਾਓਗੇ ਕਿ ਇਸ ਪੁਲ ਦੀ ਜ਼ਰੂਰਤ ਕਿਉਂ ਪਈ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਹੋਰ ਲੋਕਾਂ ਨੂੰ ਸਥਾਨਿਕ ਵਸਨੀਕਾਂ ਨੂੰ ਪਤਾ ਲੱਗ ਸਕੇ ਕਿ ਨੰਗਲ ਦੇ ਵਿੱਚ ਰਾਮ ਝੂਲਾ ਤੇ ਲਕਸ਼ਮਣ ਝੂਲੇ ਵਰਗਾ ਜੋ ਪੁਲ ਬਣਾਇਆ ਗਿਆ ਸੀ ਉਸ ਦੀ ਜ਼ਰੂਰਤ ਕਿਉਂ ਪਈ ਸੀ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਤੇ, ਮੈਂ ਹਰਕੇਸ਼ ਸਿੰਘ ਰਾਣਾ। ਨੰਗਲ ਦੀ ਵਾਦੀਆਂ ਦੇ ਵਿੱਚ ਇੱਕ ਅਜਿਹਾ ਪੁੱਲ ਮੌਜੂਦ ਹੈ ਜਿਵੇਂ ਕਿ ਰਾਮ ਝੂਲਾ ਤੇ ਲਕਸ਼ਮਣ ਝੂਲਾ ਮੌਜੂਦ ਨੇ ਉੱਤਰਾਖੰਡ ਦੇ ਵਿੱਚ, ਸੇਮ ਅਜਿਹਾ ਇੱਕ ਝੂਲਾ ਨੰਗਲ ਦੇ ਵਿੱਚ ਮੌਜੂਦ ਹੈ। ਆਖਿਰ ਇਹ ਝੂਲਾ ਜਾਂ ਨੈਲਾ ਬ੍ਰਿਜ ਜਿਸ ਨੂੰ ਕਿਹਾ ਜਾਂਦਾ ਹੈ, ਇਹ ਬ੍ਰਿਜ ਕਦੋਂ ਬਣਿਆ, ਕਿਉਂ ਬਣਾਇਆ ਗਿਆ, ਕੀ ਇਸ ਦਾ ਮਕਸਦ ਸੀਗਾ, ਸਾਰੀ ਗੱਲਬਾਤ ਜ਼ਰੂਰ ਕਰਾਂਗੇ। ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦਿੰਦੇ ਹਾਂ ਕਿ ਨੰਗਲ ਅਤੇ ਭਾਖੜਾ ਜਦੋਂ ਡੈਮ ਬਣੇ ਸਨ ਉਦੋਂ ਇਸ ਪੁਲ ਦਾ ਨਿਰਮਾਣ ਕੀਤਾ ਗਿਆ ਸੀ ਅਤੇ ਦੱਸਿਆ ਜਾ ਰਿਹਾ ਕਿ ਸਨ 1948 ਦੇ ਵਿੱਚ ਇਸ ਪੁਲ ਨੂੰ ਬਣਾਉਣ ਦੀ ਜ਼ਰੂਰਤ ਪਈ ਕਿਉਂਕਿ ਭਾਖੜਾ ਡੈਮ ਨੂੰ ਜਿੰਨਾ ਵੀ ਸਮਾਨ ਚਾਹੇ ਰੇਤਾ ਹੋਵੇ, ਚਾਹੇ ਬਜਰੀ ਹੋਵੇ, ਚਾਹੇ ਸੀਮੈਂਟ ਹੋਵੇ, ਦੱਸਿਆ ਜਾ ਰਿਹਾ ਕਿ ਇਸ ਪੁਲ ਦੇ ਮਾਧਿਅਮ ਰਾਹੀਂ ਉਸ ਨੂੰ ਭਾਖੜਾ ਡੈਮ ਤੱਕ ਲਿਜਾਇਆ ਗਿਆ ਹੈ। ਅੱਜ ਟੂਰਿਜ਼ਮ ਦੀ ਗੱਲ ਕਰੀਏ ਤਾਂ ਟੂਰਿਜ਼ਮ ਨੂੰ ਦੇਖਦੇ ਹੋਏ ਇਸ ਪੁੱਲ ਨੂੰ ਹੋਰ ਵੀ ਜ਼ਿਆਦਾ ਡਿਵੈਲਪ ਕੀਤਾ ਜਾ ਸਕਦਾ ਹੈ। ਸਥਾਨਕ ਵਸਨੀਕ ਵੀ ਸਾਡੇ ਨਾਲ ਮੌਜੂਦ ਨੇ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਦੋਂ ਇਹ ਪੁੱਲ ਬਣਿਆ ਸੀਗਾ ਉਸ ਟਾਈਮ ਕਿਸ ਤਰ੍ਹਾਂ ਦੇ ਹਾਲਾਤ ਸੀਗੇ। ਸਾਡੇ ਨਾਲ ਨੈਲਾ ਪਿੰਡ ਤੋਂ ਮੌਜੂਦ ਨੇ ਯੋਗਰਾਜ ਜੀ। ਸਰ, ਤੁਹਾਡਾ ਸਾਡੇ ਚੈਨਲ 'ਤੇ ਪੰਜਾਬ ਟੀਵੀ ਪ੍ਰਾਈਮ 'ਤੇ ਬਹੁਤ ਬਹੁਤ ਸਵਾਗਤ ਹੈ ਅਤੇ ਸਾਡੇ ਦਰਸ਼ਕ ਜਾਣਨਾ ਚਾਹੁੰਦੇ ਆ ਨੈਲਾ ਬ੍ਰਿਜ ਜਦੋਂ ਬਣਿਆ ਸੀਗਾ ਕੀ ਜ਼ਰੂਰਤ ਪਈ ਸੀ ਇਸ ਦੇ ਬਣਾਉਣ ਦੀ। ਇਹ ਭਾਖੜਾ ਡੈਮ ਜਿਹੜਾ ਬਣਾਉਣਾ ਸੀ ਨਾ ਜੀ, ਤੇ ਉੱਥੋਂ ਲੰਬਾ ਰੂਟ ਪੈਂਦਾ ਸੀ, ਨੰਗਲ 'ਚ ਬਾਹਰ ਨੰਗਲ ਹੋ ਕੇ ਜਾਣੇ ਗੱਡੀਆਂ। ਠੀਕ ਹੈ। ਇਸ ਤੋਂ ਸੌਖਾ ਕੰਮ ਇਹ ਹੋਇਆ ਵੀ ਆਪਣੇ ਫਤਿਹ ਦੇ ਖੜ੍ਹ 'ਚੋਂ ਜਿੱਥੇ ਸ਼ਿਵਾ ਦਾ ਮੰਦਰ ਹੈ ਨਾ, ਉੱਥੋਂ ਰੇਤਾ ਬਜਰੀ ਸਾਰਾ ਇਸ ਪੱਟੇ 'ਤੇ ਗਿਆ, ਕਨਵੇਅਰ ਪੱਟਾ। ਅੱਛਾ, ਇਸ ਉੱਤੇ ਪੱਟਾ ਸੀਗਾ, ਕਨਵੇਅਰ ਸੀ, ਕਨਵੇਅਰ ਚੱਲਦੀ ਸੀ ਭਾਖੜੇ ਤੱਕ, ਇਹਦਾ ਹੀ ਗਿਆ। ਠੀਕ ਹੈ। ਇਸਦੇ ਥਰੂ ਭਾਖੜਾ ਡੈਮ ਬਣਾਇਆ ਇਸ ਪੁੱਲ ਨੇ। ਇਹ ਤੁਸੀਂ ਹੋਰ ਕਹੋ ਨਾ, ਬਣਿਆ ਇਸ ਪੁੱਲ ਤੇ ਥਰੂ ਜੀ। ਬਿਲਕੁਲ, ਯੋਗਰਾਜ ਜੀ ਦਾ ਦਾਅਵਾ ਹੈ ਕਿ ਜੋ ਭਾਖੜਾ ਡੈਮ ਬਣਿਆ ਹੈ ਉਸਦੀ ਬੁਨਿਆਦ ਰੱਖੀ ਗਈ ਹੈ ਤਾਂ ਇਸ ਪੁੱਲ ਦੇ ਮਾਧਿਅਮ ਦੇ ਰਾਹੀਂ ਹੀ ਉਸਦੀ ਬੁਨਿਆਦ ਰੱਖੀ ਗਈ ਕਿਉਂਕਿ ਜ਼ਿਆਦਾ ਸਮਾਨ ਰੇਤਾ ਬਜਰੀ ਇਸ ਪੁੱਲ ਉੱਤੋਂ ਗਿਆ ਸੀਗਾ। ਇੱਕ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾਵਾਂਗਾ, ਮੈਂ ਆਪਣੇ ਸਾਥੀ ਨੂੰ ਬੋਲਾਂਗਾ, ਤੁਸੀਂ ਵੇਖ ਸਕਦੇ ਹੋ ਕਿ ਇਸ ਪੁੱਲ ਦੇ ਦੋਨੋਂ ਸਾਈਡ ਚੱਲਣ ਦੇ ਲਈ ਰਸਤਾ ਜ਼ਰੂਰ ਬਣਿਆ ਹੈ ਪਰ ਇੱਕ ਸੈਂਟਰ ਦੇ ਵਿੱਚ ਜਾਲੀ ਲੱਗੀ ਹੋਈ ਹੈ। ਜੇ ਅਸੀਂ ਗੱਲ ਕਰੀਏ ਤਾਂ ਇਸ ਜਾਲੀ ਤੋਂ ਪਹਿਲਾਂ ਇਸ ਜਗ੍ਹਾ ਉੱਤੇ ਇੱਕ ਕਨਵੇਅਰ ਲੱਗੀ ਹੋਈ ਸੀ ਜਿਸ ਉੱਤੇ ਰੇਤਾ ਅਤੇ ਬਜਰੀ
इस पुल तो इस जो दरिया है इस दरिया तो पार दूजी साइड लेके जाते थे। हूँ समय की नजाकत बदली है तो उस पटे नू कन्वेयर नू उतार दिता गया है तो हूँ जालियां जरूर लगा दी गई ता कि कोई हादसा वगैरह ना हो। योगराज जी उस टाइम जो असं गल करिए पिंडां नू जोड़न दा मकसद दे नाल भी इस पुल नू देखा जा सकता सी। बिल्कुल जी बिल्कुल, पता कारण की उस वेले वो चाहते सी जिहड़े अफसर सी ना पिछले ये पक्का बन सकता सी उस वेले जिहड़े साडे पिंडां दे लोग सी ना वो भोरे पाए सी अनपढ़ सी ज्ञान नहीं सी इन्ना ते वो कहंदे सी वी जे असीं पक्का पुल बना दईए वी साडे पशु उधर चलणे इधर चलना वी इत्थे इदां होणा डरदे सी ना लोकी समझ नहीं सी इन्नी इन्नी समझ नहीं सी। जे अगर उस वेले पक्का बन जांदा ना जिदा के डिस्ट्रिक्ट ऊना है बिलासपुर है हिमाचल टू हिमाचल बसा कई बार हो जाए ना तो बसा का रोड जो इस रोड से बनना बहुत फायदा कितने ना कि जो असि गल करिए इस पुल का फायदा जरूर होना सी जे उस टाइम के स्थानिक वसनीक इस गल समझ लेंगे। पर दसना चाहते हैं कि डिस्ट्रिक्ट बिलासपुर डिस्ट्रिक्ट ऊना भी यह मात्र एक पुल है जो जोड़ता है जी। बिल्कुल सही गल है जी, ये बिल्कुल सही गल है। 60-70 गाँव जेड़े है ना ये ऊने ते बिलासपुर डिस्ट्रिक्ट दे ना हमीरपुर बिच भी ला लो लुठियाणी तक जाते लोग दोनों सारे बहुत बंदे जेड़े इत्थे नहले चियां क्रॉस करके इत्थे क्यों ब्याह शादियां इत्थे पिंडां दी आपस विच सांझा खाता होया वा। योगराज जी हुण सहूलतां बहुत ज्यादा हो गईआं ने व्हीकल बहुत ज्यादा हो चुके ने ते उस समय कितों कितों तक लोग इस पुल तो होके अपने घर जाते रिश्तेदारियों के जाते किन्ने किलोमीटर पैदल चलते थे लोग उस वेले कोई व्हीकल नहीं होंगे सी को कुछ नहीं होंगे सी लोग कितने डिस्ट्रिक्ट कुमारनी तो बंदे पैदल आते थे कितने ऊने से जलघर से जखड़ तो बंदे पैदल आते थे पैदल आके पुजते थे पाखड़े 3 बजे रात को चलना तो उन्हें पाखड़े 8 बजे ड्यूटी लानी। उस वेले एक गल थी ईमानदारी बहुत सी लेकिन अज ईमानदारी नहीं हैगी है। वर्कर जेड़े सी वह भी ईमानदारी ने काम करते थे और जेड़े अफिसर सी वह भी बहुत ईमानदारी सी लेकिन हुण तो बस हाल ही खराब है हुण ना पुछो। युगराज जी एक जानने की असं भी कोशिश करते हैं कि जदों ये पुल बनया सी उदों हालात पुल के किदां सी ते समय के हिसाब नाल जो पुल के हालात है क्योंकि इस पुल की रिपेयर 2019 दे विच द्वारा फिर की गई सी उस तो पहला ये पुल एक बार बंद भी हो चुका सी की हालात हो गए सी पुल दे। हालात यह हो गया सी देखो गल पता कि यह है ब्रह्मन स्थान ब्रह्मोत्री ज्यादा करके हम असं कहू कही पंजाब जिन्ना नछेड़ा पंजाब हो गया क्योंकि इतने लोग पहाड़ के नहाने वास्ते ब्रह्मोत्री जाते ब्रह्मन स्थान इतना ही है जी। विसाखी दिन मेला लगता तो दारू पी के हुटम करते इतने हुटम करते ना रस्ते चूडे करके छाला मार दे रस्ता टुट गया जी। ठीक है 5 बच्चे 2 लेडीज 3 बच्चे गिरे परले पासे पुजे पर पानी 15-10 फुट 15 फुट था लेकिन कोई मझा आना इतने 4-10 ही मझा मुंडे ने कढ ले ये हादसा होया। सोया चीज थी एक एक फट्टा लाया से 3 फट्टे होंगे इतने एक फट्टा इधर एक फट्टा इधर एक 3 फट्टे होंगे ते बंदा आराम ना जांदा सी आंदा फट्टे पे रिपेयर कर दे घट सी रिपेयर पर कार्ड गए कर दे भी थे ना पर रिपेयर इन्नी ओ नहीं कर दे सी जितनी करनी चाहिए सी ये चीज बहुत थी। ठीक है एक असीं ये भी जानने की कोशिश करते हैं जदों ये पुल बनाया गया सीगा उदों लोकां दी सोच होर सीगी ते अज थोड़ी सोच होर है कि स्थानिक वसनीक ये भी मंग करनगे कि अज समय दे हालातां दे नाल इस पुल नूं चुक के जां इस जगह उत्ते होर नवां पुल बनाया जावे जां इस पुल नूं टूरिज्म दे तौर ते भी डिवेलप कीता जा सकदा तां कि लोग दूरों दूरों आके इस पुल नूं देख सकन। देखो टूरिस्ट मतलब के रखिया पुल है जे बाकी नाल ही पुल एक होर बना दिया जावे ना इहदे नाल ही पक्का पुल बन जाए इत्थे बन जाए ब्रह्मोत्री दे सामने लग जाए तो बहुत फायदा होगा तां व्हीकल जिहड़े आ पर जा सकदे आ। इस तरह दे पुल अक्सर पंजाब दे विच जां हिमाचल दे विच ज्यादा वेखण नूं तां नहीं मिलदे पर जदों असीं उत्तराखंड दे विच जांदे आ ऋषिकेश साइड जांदे आ उत्थे लक्ष्मण झूला राम झूला सेम इसे तरह दे झूले बने होए ने उस तरह दे सेम पुले बनिया होया है। तुहानूं लगदा है कि जिस दी थोड़ी सांभ संभाल होर ढंग नाल कीती जा सके होर वधिया ढंग नाल इस नूं बनाया जावे तां जिहड़े दूर दूर दे लोक है टूरिस्ट इत्थे आ सकदे आ फिर। बिल्कुल जी इह बिल्कुल सही है सही गल है यदि रिपेयर होंगी रहे
ਇਹਨੂੰ ਪੇਂਟ ਵਗੈਰਾ ਹੁੰਦਾ ਰਹਾ ਹੁਣ ਜਾਲੀ ਲਵਾ ਦਿੱਤੀ ਹੈ ਫਿਰ ਵੀ ਕਈ ਜਿਹੜੇ ਬੰਦੇ ਹੈ ਜਿਹਨਾਂ ਨੂੰ ਸੈਂਸ ਨਹੀਂ ਬਣਦੀ ਬੱਚੇ ਅੱਜ ਕੱਲ੍ਹ ਦੇ ਨਹੀਂ ਲੱਗਦੇ ਜਾਲੀਆਂ ਵਿੱਚ ਚੱਲਦੇ ਤੋੜਦੇ ਕਿਆ ਫਾਇਦਾ ਇੱਥੇ ਬੰਦੇ ਸਕਿਉਰਟੀ ਵੀ ਜ਼ਰੂਰ ਚਾਹੀਦੀ ਹੈ ਸਕਿਉਰਟੀ ਜ਼ਰੂਰੀ ਚਾਹੀਦੀ ਇੱਥੇ ਪਰ ਇੱਕ ਨਾ ਜੇ ਅਸੀਂ ਦੇਖੀਏ ਤਾਂ ਇਸ ਪੁਲ ਨੂੰ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਤੱਕ ਜਦੋਂ ਬਣਾਇਆ ਗਿਆ ਤਾਂ ਸੈਂਟਰ ਦੇ ਵਿੱਚ ਕੋਈ ਵੀ ਪਿੱਲਰ ਨਹੀਂ ਹੈ ਕਿਤੇ ਨਾ ਕਿਤੇ 1948 ਦੇ ਵਿੱਚ ਜੋ ਉਸ ਟਾਈਮ ਦੇ ਇੰਜੀਨੀਅਰ ਸੀ ਉਹਨਾਂ ਨੇ ਇੱਕ ਅਜੂਬਾ ਹੀ ਜੇ ਅਸੀਂ ਗੱਲ ਕਰੀਏ ਤਾਂ ਅਜੂਬਾ ਪੇਸ਼ ਕੀਤਾ ਸ਼ਾਇਦ ਲਕਸ਼ਮਣ ਝੂਲਾ ਜੋ ਬਣੇ ਨੇ ਸ਼ਾਇਦ ਇਸ ਤੋਂ ਬਾਅਦ ਹੀ ਬਣੇ ਨੇ ਤੇ ਉਸ ਟਾਈਮ ਦੇ ਇੰਜੀਨੀਅਰਾਂ ਵਾਸਤੇ ਕੀ ਕਹਿਣਾ ਚਾਹੋਗੇ ਕਿਉਂਕਿ ਇਸ ਇੱਕ ਤਰ੍ਹਾਂ ਦਾ ਕ੍ਰਿਸ਼ਮਾ ਹੀ ਸੀਗਾ ਉਸ ਸਮੇਂ ਬਣਾਇਆ ਗਿਆ ਸਹੀ ਆ ਜਿਹੜਾ ਉਹਨੇ ਬਣਾਇਆ ਨਾ ਆਪਣੇ ਹਿਸਾਬ ਨਾਲ ਬਿਲਕੁਲ ਸਹੀ ਬਣਾਇਆ ਕੋਈ ਇਹਦੇ 'ਚ ਪਿੱਲਰ ਨਹੀਂ ਲਾਇਆ ਸੈਂਟਰ ਦੇਖੋ ਕੋਈ ਪਿੱਲਰ ਨਹੀਂ ਕੁਛ ਨਹੀਂ ਹੈ ਇੱਕ ਪਾਸ ਇੱਥੇ ਜਿਹੜੀਆਂ ਤਾਰਾਂ ਨਾ 40 mm ਮੋਟੀ ਤਾਰ ਉੱਪਰ ਲਈ ਹੈ ਇਹ 12 mm ਛੋਟੀ ਤਾਰਾਂ ਇਹਦੇ ਚੱਲੀਆਂ ਇਹ ਤਾਰਾਂ ਇਹਨੂੰ ਕੱਸ ਕੇ ਦੀ ਸ਼ਕਲ ਪਾ ਕੇ ਬਿਲਕੁਲ ਉੱਪਰ ਕੱਸਿਆ ਪਿਆ ਐਨ ਇਹਦਾ ਲੈਵਲ ਬਰਾਬਰ ਕਰਤਾ 20-19 'ਚ ਬਰਾਬਰ ਅਨੁਰਾਗ ਠਾਕਰ ਨੇ ਇਹ ਕਰਵਾਇਆ ਸੀ ਇਹ ਅਨੁਰਾਗ ਠਾਕਰ ਦੀ ਦੇਣ ਹੈ ਅੱਛਾ ਬਾਬਾ ਜੀ ਜੋ ਇਹ ਪੁਲ ਹੁਣ ਬਣਿਆ ਤਾਂ ਟਾਈਮ ਟਾਈਮ ਤੇ ਆ ਕੇ ਮੈਨੇਜਮੈਂਟ ਹੈ ਜਾਂ ਪ੍ਰਸ਼ਾਸਨ ਹੈ ਇਸ ਦੀ ਦੇਖ ਰੇਖ ਕਰਦਾ ਹੈ ਤਾਰਾਂ ਢਿੱਲੀਆਂ ਹੋ ਜਾਂਦੀਆਂ ਉਸ ਨੂੰ ਕੱਸਦਾ ਹੈ ਜਾਂ ਕੋਈ ਫੱਟਾ ਜਿਸ ਤਰ੍ਹਾਂ ਇਹ ਪਾਇਆ ਹੋਇਆ ਲੋਹੇ ਦੇ ਬਣਾਏ ਹੋਏ ਹੈ ਇਹਨਾਂ ਦੀ ਰਿਪੇਅਰ ਵਗੈਰਾ ਕਰਦੇ ਆ ਦੇਖਣ ਆਉਂਦੇ ਆ ਇਸ ਤਰ੍ਹਾਂ ਦਾ ਆਉਂਦੇ ਆ ਵੈਸੇ ਦੇਖੋ ਪ੍ਰਸ਼ਾਸਨ ਜਿਹੜਾ ਆਉਂਦਾ ਹੈ ਕੋਈ ਨਾ ਕੋਈ ਤੁਰਿਆ ਹੁੰਦਾ ਹੁਣ ਗੱਡੀ ਅਸੀਂ ਆਪਣੇ ਘਰ ਹੁੰਦੇ ਕਈ ਵਾਰੀ ਦੇਖ ਕੇ ਚੱਲ ਜਾਂਦੇ ਅਫਸਰ ਦਾ ਕੰਮ ਗਿਆ ਗੇੜਾ ਮਾਰਿਆ ਚਲੇ ਗਏ ਜੇ ਸਹੀ ਢੰਗ ਨਾਲ ਦੇਖਿਆ ਜਾਵੇ ਹੁਣ ਇਸ ਵੇਲੇ ਪੇਂਟ ਮੰਗਦਾ ਹੈ ਲੇਕਿਨ ਮੈਨੂੰ ਇਹ ਵੀ ਪਤਾ ਲੱਗ ਗਿਆ ਵੀ ਠੇਕਾ ਦੇ ਰਹੇ ਨੇ ਪੇਂਟ ਦਾ ਇਸ ਪੋਲ ਨੂੰ ਵੀ ਪੇਂਟ ਹੋਣਾ ਸਾਰੇ ਨੇ ਪੇਂਟ ਹੋਣਾ ਰਸਤੇ ਨੇ ਗਲੀਸ ਹੋਈ ਸਾਰੇ ਕੁਛ ਹੋਈ ਗਲੀਸ ਹੁੰਦੀ ਸੀ ਕਿਤੇ ਨਾ ਕਿਤੇ ਪੇਂਟ ਕਰਨਾ ਵੀ ਇੱਕ ਵੱਡਾ ਚੈਲੰਜ ਹੋਏਗਾ ਇਸ ਨੂੰ ਹੈ ਨਾ ਨਹੀਂ ਚੈਲੰਜ ਤਾਂ ਕੁਛ ਨਹੀਂ ਹੈ ਹੁਣ ਸਾਡੀ ਇੰਨੀ ਉਮਰ ਹੋ ਗਿਆ ਮੈਨੂੰ ਵੀ ਕਹੋ ਤਾਂ ਮੈਂ ਪੁੱਛ ਲਵਾਂ ਕੀ ਬਾਤ ਹੈ ਜੇ ਅਸੀਂ ਗੱਲ ਕਰੀਏ ਤਾਂ ਨੰਗਲ ਦੇ ਵਿੱਚ ਬਿਲਕੁਲ ਇੱਕ ਅਜਿਹਾ ਪੁਲ ਮੌਜੂਦ ਹੈ ਜਿੱਥੇ ਕਿ ਟੂਰਿਜ਼ਮ ਨੂੰ ਬੜਾਵਾ ਦਿੱਤਾ ਜਾ ਸਕਦਾ ਹੈ ਬਹੁਤ ਜ਼ਿਆਦਾ ਟੂਰਿਜ਼ਮ ਆਉਂਦੇ ਇੱਥੇ ਥੋੜੇ ਨਹੀਂ ਆਉਂਦੇ ਅੱਛਾ ਰੈਗੂਲਰ ਆਉਂਦੇ ਰਹਿੰਦੇ ਨੇ ਮੈਨੂੰ ਡੇਲੀ ਭਰਿਆ ਹੁੰਦਾ ਪੁਲ ਅੱਛਾ ਬਾਬਾ ਜੀ ਕਿਸ ਦਿਨ ਜ਼ਿਆਦਾ ਟੂਰਿਜ਼ਮ ਦੇਖਣ ਨੂੰ ਮਿਲਦਾ ਹੈ ਛੁੱਟੀ ਵਾਲੇ ਦਿਨ ਛੁੱਟੀ ਵਾਲੇ ਦਿਨ ਛੁੱਟੀ ਵਾਲੇ ਦਿਨ ਜਾਂ ਸ਼ਾਮ ਨੂੰ 2-2:30 ਵਜੇ ਬਾਅਦ ਬਹੁਤ ਠੀਕ ਹੈ ਸਵੇਰੇ ਬਹੁਤ ਆਉਂਦੇ ਆ ਅੱਜ ਕੱਲ੍ਹ ਭਰੇ ਪਏ ਨੇ ਤੇ ਜਿਵੇਂ ਕਿ ਅਸੀਂ ਸਥਾਨਕ ਵਸਨੀਕ ਯੋਗਰਾਜ ਜੀ ਨਾਲ ਗੱਲ ਕੀਤੀ ਆ ਉਹਨਾਂ ਦਾ ਦਾਅਵਾ ਹੈ ਕਿ ਜੇਕਰ ਇਸ ਪੁਲ ਨੂੰ ਥੋੜਾ ਦੇਖ ਰੇਖ ਤੇ ਸਾਂਭ ਸੰਭਾਲ ਹੋਰ ਕੀਤੀ ਜਾਵੇ ਤਾਂ ਇਸ ਪੁਲ ਨੂੰ ਟੂਰਿਜ਼ਮ ਹੱਬ ਦੇ ਤੌਰ ਤੇ ਵੀ ਯੂਜ਼ ਕੀਤਾ ਜਾ ਸਕਦਾ ਹੈ ਜੋ ਕਿ ਇਲਾਕੇ ਦੇ ਲਈ ਇੱਕ ਬਹੁਤ ਵੱਡਾ ਉਪਰਾਲਾ ਹੋਏਗਾ ਕਿਉਂਕਿ ਅਜਿਹੀਆਂ ਵਾਦੀਆਂ ਜੋ ਕਿ ਨੰਗਲ ਦੇ ਵਿੱਚ ਨੇ ਤੇ ਅਜਿਹਾ ਪੁਲ ਜੋ ਨੰਗਲ ਦੇ ਵਿੱਚ ਮੌਜੂਦ ਹੈ ਇਸ ਨੂੰ ਹੋਰ ਵਧੀਆ ਢੰਗ ਦੇ ਨਾਲ ਡਿਵੈਲਪ ਕਰਕੇ ਕਿਤੇ ਨਾ ਕਿਤੇ ਪੰਜਾਬ ਅਤੇ ਹਿਮਾਚਲ ਸਰਕਾਰ ਰੈਵਨਿਊ ਵੀ ਜ਼ਰੂਰ ਇਕੱਠਾ ਕਰ ਸਕਦੀ ਹੈ ਪਰ ਇਹਨਾਂ ਦਾ ਕਹਿਣਾ ਹੈ ਕਿ ਇਸ ਪੁਲ ਨੂੰ ਸਮੇਂ-ਸਮੇਂ ਉੱਤੇ ਰਿਪੇਅਰ ਦੀ ਲੋੜ ਜ਼ਰੂਰ ਪੈਂਦੀ ਹੈ ਚਾਹੇ ਜੇ ਅਸੀਂ ਗੱਲ ਕਰੀਏ ਤਾਂ ਇਸ ਸਮੇਂ ਪੁਲ ਨੂੰ ਰੰਗ ਕਰਨ ਦੀ ਜ਼ਰੂਰਤ ਜ਼ਰੂਰ ਵਿਖਾਈ ਦੇ ਰਹੀ ਹੈ ਕਦੇ ਸਮਾਂ ਹੁੰਦਾ ਸੀਗਾ ਕਿ ਭਾਖੜਾ ਡੈਮ ਨੂੰ ਇਸ ਪੁਲ ਦੇ ਰਸਤੇ ਸਮਾਨ ਰੇਤਾ ਤੇ ਬਜਰੀ ਲੈ ਕੇ ਜਾਇਆ ਜਾਂਦਾ ਸੀ ਤੇ ਹੁਣ ਦੋ ਸਟੇਟਾਂ ਨੂੰ ਦੋ ਡਿਸਟ੍ਰਿਕਟਾਂ ਨੂੰ ਆਪਸ ਦੇ ਵਿੱਚ ਇਹ ਪੁਲ ਜੋੜਦਾ ਹੈ ਤੇ ਅੱਜ ਸਥਾਨਕ ਵਸਨੀਕ ਇਸ ਪੁਲ ਨੂੰ ਮਾਤਰ ਆਪਣੀ ਆਵਾਜਾਈ ਦੇ ਲਈ ਜ਼ਰੂਰ ਵਰਤ ਰਹੇ ਨੇ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਅਜਿਹੀਆਂ ਚੀਜ਼ਾਂ ਦਿਖਾਈਆਂ ਜਾਣ ਜਿਸ ਦਾ ਸਥਾਨਕ ਵਸਨੀਕਾਂ ਨੂੰ ਸਥਾਨਕ ਲੋਕਾਂ ਨੂੰ ਚਾਹੇ ਇਸ ਪੁਲ ਬਾਰੇ ਪਤਾ ਸੀ ਪਰ ਆਖਿਰ ਇਹ ਪੁਲ ਬਣਿਆ ਕਿਉਂ ਸੀ ਕੀ ਇਸ ਦੀ ਜ਼ਰੂਰਤ ਸੀ ਇਸ ਬਾਰੇ ਨਹੀਂ ਪਤਾ ਹੋਏਗਾ ਸਾਡੀ ਵੀ ਕੋਸ਼ਿਸ਼ ਸੀ ਕਿ ਤੁਹਾਨੂੰ ਇਸ ਪੁਲ ਦੇ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਦੇਈਏ ਇਸੇ ਤਰ੍ਹਾਂ ਦੀ ਹੋਰ ਜਾਣਕਾਰੀਆਂ ਲੈ ਕੇ ਤੁਹਾਡੇ ਨਾਲ ਸਮੇਂ-ਸਮੇਂ ਤੇ ਅਸੀਂ ਹਾਜ਼ਰ ਹੁੰਦੇ ਰਹਾਂਗੇ ਫਿਲਹਾਲ ਮੈਨੂੰ ਰਕੇਸ਼ ਰਾਣਾ ਨੂੰ ਦਿਓ ਇਜਾਜ਼ਤ ਧੰਨਵਾਦ